वीडियो वेख रहे सारे सब्सक्राइबरों चैनल के नवे आए दर्शकों मेरे वालों प्यार भरी सत श्री अकाल दोस्तों। अज्ज दी इस वीडियो में असीं तुहानू दसन जा रहे हैं कि किवें तुसीं अनैक्से सी फॉर्म जिहड़ा वह फिलअप करना हैगा। सो अनैक्से सी फॉर्म जिहड़ा हुंदा आ जिहड़े बच्चे माइनर हुंदे हैगे ने, ठीक है, 18 साल तो उपर जिन्हां दी उम्र घट हुंदी हैगी आ, सो उन्हां वास्ते तुसीं अनैक्से सी फॉर्म जिहड़ा आ ਉਹ ਪਾਸਪੋਰਟ ਸੇਵਾ ਕੇਂਦਰ ਵਿੱਚ ਲੈ ਕੇ ਜਿਹੜਾ ਉਹ ਜਾਣਾ ਹੁੰਦਾ। ਸੋ ਜਦੋਂ ਤੁਸੀਂ ਪਾਸਪੋਰਟ ਦੀ ਅਪੁਆਇੰਟਮੈਂਟ ਲੈ ਲੈਂਦੇ ਹੋ ਕਿਸੇ ਟਾਈਮ ਕੀ ਹੁੰਦਾ ਹੈ ਕਿ ਤੁਹਾਨੂੰ ਜਾਣਕਾਰੀ ਹੁੰਦੀ ਆ ਅਤੇ ਤੁਸੀਂ ਅਨੈਕਸੇ ਸੀ ਫੋਰਮ ਜਿਹੜਾ ਭਰ ਲੈਂਦੇ ਹੋ ਜਾਂ ਕਿਸੇ ਨੂੰ ਜਾਣਕਾਰੀ ਨਹੀਂ ਹੁੰਦੀ। ਸੋ ਉਹ ਜਦੋਂ ਅਪੁਆਇੰਟਮੈਂਟ ਦੇਣ ਜਾਂਦੇ ਨੇ ਉਹਨਾਂ ਨੂੰ ਇੱਕ ਫੋਰਮ ਦਿੱਤਾ ਜਾਂਦਾ ਉਹਨਾਂ ਨੂੰ, ਜਾਂ ਫਿਰ ਉਹਨਾਂ ਨੂੰ ਕਿਹਾ ਜਾਂਦਾ ਕਿ ਪਹਿਲਾਂ ਅਨੈਕਸੇ ਸੀ ਫੋਰਮ ਭਰ ਕੇ ਲਿਆਓ ਫਿਰ ਹੀ ਤੁਹਾਡੀ ਅਪੁਆਇੰਟਮੈਂਟ ਜਿਹੜੀ ਅਸੈਪਟੇਬਲ ਹੋਣੀ ਆ। ਸੋ ਕਿਸੇ ਨੂੰ ਜਾਣਕਾਰੀ ਨਹੀਂ ਹੁੰਦੀ ਕਿ ਅਨੈਕਸੇ ਸੀ ਫੋਰਮ ਭਰਨਾ ਕਿਵੇਂ ਹੈਗਾ, ਕਿਉਂਕਿ ਕਈ ਵਾਰੀ ਪਾਸਪੋਰਟ ਦਫ਼ਤਰ ਵਾਲੇ ਵੀ ਤੁਹਾਨੂੰ ਖੁਦ ਨਹੀਂ ਦੱਸਣਗੇ, ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ। ਸੋ ਪੂਰੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਇਸ ਵੀਡੀਓ ਵਿੱਚ ਅਸੀਂ ਦੱਸਾਂਗੇ ਕਿ ਅਨੈਕਸੇ ਸੀ ਫੋਰਮ ਕਿਹੜਾ ਕਰਨਾ ਕਰਕੇ ਭਰਿਆ ਜਾਂਦਾ, ਕਿਉਂ ਜ਼ਰੂਰੀ ਹੁੰਦਾ, ਠੀਕ ਆ। ਸੋ ਜੇਕਰ ਸਾਡੇ ਚੈਨਲ 'ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈੱਲ ਆਈਕਨ ਨੂੰ ਵੀ ਪ੍ਰੈੱਸ ਜ਼ਰੂਰ ਕਰ ਲਓ ਹੋਰ ਨਵੀਆਂ ਟੈਕਨੀਕਲ ਵੀਡੀਓ ਦੀ ਜਾਣਕਾਰੀ ਲੈਣ ਵਾਸਤੇ। ਸੋ ਦੋਸਤੋ ਅਨੈਕਸੇ ਸੀ ਫੋਰਮ ਦਾ ਲਿੰਕ ਜਿਹੜਾ ਉਹ ਮੈਂ ਡਿਸਕ੍ਰਿਪਸ਼ਨ ਵਿੱਚ ਐਡ ਕਰ ਦਿੱਤਾ ਆ, ਉੱਥੋਂ ਜਾ ਕੇ ਤੁਸੀਂ ਡਾਇਰੈਕਟ ਇਸ ਨੂੰ ਫਰੀ ਆਫ ਕੋਸਟ ਡਾਊਨਲੋਡ ਕਰਕੇ ਇਹਨੂੰ ਪ੍ਰਿੰਟ ਆਊਟ ਕਢਵਾ ਸਕਦੇ ਹੋ। ਜਦੋਂ ਤੁਸੀਂ ਸੋ ਇਹਦੇ ਵਿੱਚ ਦੇਖੋ ਕਿ ਮੈਂ 15 ਤੋਂ 18 ਸਾਲ ਕਿ 15 ਤੋਂ ਗ੍ਰੇਟਰ ਦੈਨ ਹੋਵੇ ਅਤੇ 18 ਸਾਲ ਤੋਂ ਲੈੱਸ ਦੈਨ ਜੇਕਰ ਤੁਹਾਡੀ ਉਮਰ ਹੈਗੀ ਆ ਜਾਂ ਫਿਰ ਤੁਹਾਡੀ ਬੱਚੇ ਦੀ ਉਮਰ 15 ਸਾਲ ਤੋਂ ਘੱਟ ਆ ਤਾਂ ਫਿਰ ਤੁਹਾਡੇ ਕੋਲ ਅਨੈਕਸੇ ਸੀ ਫੋਰਮ ਜਿਹੜਾ ਉਹ ਮੰਗਿਆ ਜਾਂਦਾ ਜਦੋਂ ਤੁਸੀਂ ਅਪੁਆਇੰਟਮੈਂਟ ਲੈ ਲੈਂਦੇ ਹੋ। ਸੋ ਇਹਦੇ ਵਿੱਚ ਤੁਸੀਂ ਦੇਖੋ ਕਿ ਸਪੈਸੀਫਾਈ ਡਿਕਲਾਰੇਸ਼ਨ ਬਾਈ ਪੇਰੈਂਟਸ ਵੱਲੋਂ ਡਿਕਲਾਰੇਸ਼ਨ ਦਿੱਤੀ ਜਾਂਦੀ ਆ ਜਾਂ ਕਿਸੇ ਰਿਸ਼ਤੇਦਾਰ ਵੱਲੋਂ ਜਿਹੜੀ ਇਹ ਡਿਕਲਾਰੇਸ਼ਨ ਦਿੱਤੀ ਜਾਂਦੀ ਆ ਮਾਈਨਰ ਚਾਈਲਡ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਵਾਸਤੇ। ਸੋ ਇਹਦੇ ਵਿੱਚ ਦੇਖੋ ਕਿ ਹੁੰਦਾ ਕੀ ਹੈਗਾ ਕਿ ਜੇਕਰ ਕਿਸੇ ਵੀ ਬੱਚੇ ਤੁਸੀਂ ਪਾਸਪੋਰਟ ਅਪਲਾਈ ਕਰਨ ਜਾ ਰਹੇ ਹੋ ਉਹਨਾਂ ਦੇ ਵਿੱਚੋਂ ਜੋ ਬੰਦਾ ਡਿਕਲਾਰੇਸ਼ਨ ਦੇ ਰਿਹਾ ਉਹਨਾਂ ਦਾ ਪਾਸਪੋਰਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਫਿਰ ਹੀ ਉਹਨਾਂ ਦੇ ਬੱਚੇ ਦਾ ਪਾਸਪੋਰਟ ਬਣੇਗਾ। ਜੇਕਰ ਪੇਰੈਂਟਸ ਕੋਲ ਨਹੀਂ ਹੈਗਾ ਤਾਂ ਫਿਰ ਉਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਪਾਸਪੋਰਟ ਹੋਣਾ ਜਿਹੜਾ ਉਹ ਜ਼ਰੂਰੀ ਹੈ ਜਿਹੜੇ ਕਿ ਅਨੈਕਸੇ ਸੀ ਫੋਰਮ ਨੂੰ ਫਿਲਅਪ ਖੁਦ ਕਰਨ ਜਾ ਰਹੇ ਨੇ ਜਾਂ ਫਿਰ ਜਿਹੜੇ ਸਵੈ ਘੋਸ਼ਣਾ ਟੈਸਟਡ ਕਰਕੇ ਦੇ ਰਹੇ ਨੇ ਕਿ ਅਸੀਂ ਇਸ ਬੱਚੇ ਦੀ ਜ਼ਿੰਮੇਵਾਰੀ ਲੈਂਦੇ ਹਾਂ ਪਾਸਪੋਰਟ ਬਣਾ ਕੇ ਦਿੱਤਾ ਜਾਵੇ। ਇਸ ਕਰਕੇ ਅਨੈਕਸੇ ਸੀ ਫੋਰਮ ਜਿਹੜਾ ਉਹ ਭਰਨਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਸੋ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈਗਾ, ਜੋ ਤੁਸੀਂ ਜੋ ਬੰਦਾ ਡਿਕਲਾਰੇਸ਼ਨ ਦੇ ਰਿਹਾ ਹੈਗਾ ਉਹਦਾ ਨਾਮ ਤੁਸੀਂ ਇੱਥੇ ਲਿਖਣਾ ਹੈਗਾ, ਠੀਕ ਆ। ਨਾਮ ਲਿਖਣ ਤੋਂ ਬਾਅਦ ਰੈਜੀਡੈਂਟ ਆਫ ਕਿਸ ਜਗ੍ਹਾ 'ਤੇ ਉਹ ਰਹਿੰਦੇ ਨੇ, ਪਰਮਾਨੈਂਟ ਐਡਰੈਸ ਤੁਸੀਂ ਇਹਦੇ ਵਿੱਚ ਲਿਖ ਦੇਣਾ ਹੈਗਾ। ਲਿਖਣ ਤੋਂ ਬਾਅਦ ਤੁਸੀਂ ਇਹਦੇ ਵਿੱਚ ਕਿ ਦੈਟ ਕਿ ਮੈਂ ਦੇਖੋ, ਇਸ ਤੋਂ ਬਾਅਦ ਬੱਚੇ ਦਾ ਨਾਮ ਆ ਜਾਏਗਾ। ਬੱਚੇ ਦੇ ਨਾਮ ਤੋਂ ਬਾਅਦ ਇਹਦੇ ਵਿੱਚ ਦੇਖੋ ਕਿ ਟਿਕ ਜਿਹੜੀ ਕਰਨੀ ਹੈਗੀ ਆ, ਜੇਕਰ ਤੁਸੀਂ ਬੱਚੇ ਦੇ ਫਾਦਰ ਸਾਹਿਬ ਹੋ ਤਾਂ ਫਾਦਰ, ਜੇਕਰ ਤੁਸੀਂ ਮਦਰ ਹੋ ਤਾਂ ਮਦਰ 'ਤੇ ਟਿਕ ਕਰ ਦੇਣੀ ਆ, ਜੇਕਰ ਤੁਸੀਂ ਉਹਨਾਂ ਦੇ ਰਿਸ਼ਤੇਦਾਰ ਹੋ ਤਾਂ ਰਿਸ਼ਤੇਦਾਰ ਅਤੇ ਗਾਰਡੀਅਨ 'ਤੇ ਟਿਕ ਕਰ ਦੇਣੀ ਆ। ਉਸ ਤੋਂ ਬਾਅਦ ਬੱਚੇ ਦਾ ਨਾਮ ਆ ਜਾਣਾ। ਨੈਕਸਟ ਤੁਸੀਂ ਕਰਨਾ ਕੀ ਹੈਗਾ, ਸਿਗਨੇਚਰ ਐਂਡ ਕੌਨਸੈਂਟ ਆਫ ਬੱਚੇ ਦੇ ਮਦਰ ਦਾ ਜਿਹੜਾ ਨਾਮ ਹੈ ਉਹ ਤੁਸੀਂ ਇਹਦੇ ਵਿੱਚ ਲਿਖਣਾ ਹੈਗਾ। ਇੰਨਾ ਕੰਮ ਕਰਨ ਤੋਂ ਬਾਅਦ ਤੁਸੀਂ ਇਹਨਾਂ ਨੂੰ ਪੜ੍ਹਨਾ ਹੈਗਾ ਤਾਂ ਪੜ੍ਹ ਸਕਦੇ ਹੋ। ਇਹਦੇ ਵਿੱਚ ਇਹ ਡਿਕਲਾਰੇਸ਼ਨ ਦਿੱਤੀ ਹੁੰਦੀ ਹੈ ਕਿ ਸਾਡੇ ਬੱਚੇ 'ਤੇ ਕੋਈ ਕੋਰਟ ਕੇਸ ਨਹੀਂ ਚੱਲ ਰਿਹਾ, ਨਾ ਹੀ ਸਾਡੇ 'ਤੇ ਕੇਸ ਚੱਲ ਰਿਹਾ ਹੈਗਾ, ਬੱਚੇ ਨੂੰ ਪਾਸਪੋਰਟ ਜਿਹੜਾ ਬਣਾ ਕੇ ਦਿੱਤਾ ਜਾਵੇ, ਕੋਈ ਵੀ ਤਰ੍ਹਾਂ ਦੀ ਇਹਦੇ ਨੂੰ ਬੱਚੇ ਨੂੰ ਪ੍ਰੋਬਲਮ ਨਾ ਆਵੇ, ਇਹਦਾ ਪਾਸਪੋਰਟ ਬਣਾਉਣ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਰੋਕ ਨਾ ਲੱਗੇ। ਸੋ ਇਹੋ ਡਿਕਲਾਰੇਸ਼ਨਾਂ ਦੇ ਵਿੱਚ ਦਿੱਤੀਆਂ ਹੁੰਦੀਆਂ ਨੇ। ਇਸ ਤੋਂ ਬਾਅਦ ਕੀ ਕਰਨਾ ਹੈਗਾ ਕਿ ਬੱਚੇ ਦਾ ਨਾਮ ਲਿਖਣਾ ਹੈਗਾ ਤੁਸੀਂ ਦੁਬਾਰਾ ਇਹਦੇ ਵਿੱਚ, ਔਰ ਇਹਦੇ ਵਿੱਚ ਇੰਨਾ ਕੰਮ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ, ਦੁਬਾਰਾ ਇਹਦੇ ਵਿੱਚ ਬੱਚੇ ਦਾ ਨਾਮ ਲਿਖ ਦੇਣਾ ਹੈਗਾ, ਨੇਮ ਆਫ ਦੀ ਮਾਈਨਰ ਚਾਈਲਡ, ਜਿਵੇਂ ਤੁਸੀਂ ਦੇਖ ਰਹੇ ਹੈਗੇ ਹੋ ਨੇਮ ਆਫ ਦੀ ਮਾਈਨਰ ਚਾਈਲਡ, ਇਹਦੇ ਵਿੱਚ ਦੋ ਵਾਰੀ ਤੁਸੀਂ ਬੱਚੇ ਦਾ ਨਾਮ ਲਿਖਣਾ ਹੈਗਾ। ਫਿਰ ਉਸ ਤੋਂ ਬਾਅਦ ਥਰਡ ਕੋਲਮ ਦੇ ਵਿੱਚ ਵੀ ਬੱਚੇ ਦਾ ਨਾਮ ਲਿਖਣਾ ਹੈਗਾ। ਇਸ ਤੋਂ ਬਾਅਦ ਇਹ ਦੋ ਪੇਜ ਹੁੰਦੇ ਨੇ ਇਸ ਫੋਰਮ ਦੇ, ਇੱਕ ਫਰੰਟ ਸਾਈਡ ਹੁੰਦੀ ਹੈ, ਇੱਕ ਬੈਕ ਸਾਈਡ ਹੁੰਦੀ ਹੈ। ਬੈਕ ਸਾਈਡ 'ਤੇ ਜਿਹੜਾ ਕੋਲਮ ਨੰਬਰ 4, ਫਿਰ ਇਹਦੇ 'ਚ ਤੁਸੀਂ ਲਿਖਣਾ ਹੈਗਾ ਨੇਮ ਆਫ ਦੀ ਚਾਈਲਡ, ਬੱਚੇ ਦਾ ਨਾਮ ਲਿਖਣਾ। ਉਸ ਤੋਂ ਬਾਅਦ ਸਿਗਨੇਚਰ ਜਿਹੜੇ ਹੋਣਗੇ ਉਸ ਬੰਦੇ ਦੇ ਹੋਣਗੇ ਜਿਹੜਾ ਕਿ ਬੱਚੇ ਦੀ ਡਿਕਲਾਰੇਸ਼ਨ ਦੇ ਰਿਹਾ ਹੈਗਾ, ਠੀਕ ਹੈ। ਔਰ ਇਸ ਤੋਂ ਬਾਅਦ ਤੁਸੀਂ ਆਪਣਾ ਪਿੰਡ ਦਾ ਨਾਮ ਲਿਖ ਦੇਣਾ ਹੈਗਾ ਜਾਂ ਆਪਣੇ ਸ਼ਹਿਰ ਦਾ ਨਾਮ ਲਿਖ ਦੇਣਾ ਹੈਗਾ, ਉਹ ਤੁਹਾਡੇ 'ਤੇ ਡਿਪੈਂਡ ਕਰਦਾ। ਬਾਕੀ ਜੋ ਵੀ ਡਿਕਲਾਰੇਸ਼ਨ ਦੇ ਰਹੇ ਹੈਗੇ ਨੇ ਉਹਨਾਂ ਦਾ ਆਧਾਰ ਕਾਰਡ ਲੱਗੇਗਾ, ਆਧਾਰ ਕਾਰਡ ਦਾ ਨੰਬਰ, ਅਤੇ ਜੇਕਰ ਵੋਟਰ ਕਿਹੜੀ ਹੈਗੀ ਵੋਟਰ ਕਾਰਡ ਲਗਾ ਸਕਦੇ ਹੋ, ਜੇਕਰ ਪਾਸਪੋਰਟ ਦਾ ਨੰਬਰ ਹੈਗਾ ਤਾਂ ਪਾਸਪੋਰਟ ਦਾ ਨੰਬਰ ਲਗਾ ਸਕਦੇ ਹੋ। ਇਹਨਾਂ ਵਿੱਚੋਂ ਤਿੰਨਾਂ ਵਿੱਚੋਂ ਇੱਕ ਪਰੂਫ ਜਿਹੜਾ ਉਹ ਲਗਾਉਣਾ ਜ਼ਰੂਰੀ ਹੁੰਦਾ, ਉਹਦੀ ਤੁਸੀਂ ਪਾਸਪੋਰਟ ਸਾਈਜ਼ ਜਿਹੜੀ ਫੋਟੋ ਆ ਉਸ ਇਸ ਅਨੈਕਸੇ ਫੋਰਮ ਦੇ ਨਾਲ ਅਟੈਚਮੈਂਟ ਕਰਕੇ ਜਿਹੜਾ ਤੁਹਾਡਾ ਅਪੁਆਇੰਟਮੈਂਟ ਲੈਟਰ ਹੋਏਗਾ ਪਾਸਪੋਰਟ ਦਾ ਉਹ ਤੁਸੀਂ ਉੱਥੇ ਜਮ੍ਹਾਂ ਕਰਵਾ ਦੇਣਾ। ਔਰ ਜਿਹੜੇ ਇਹਨਾਂ ਵਿੱਚੋਂ ਤੁਹਾਡੀ ਕਿ ਇਹਦੇ ਵਿੱਚ ਦੋ ਆਪਸ਼ਨਾਂ ਹੁੰਦੀਆਂ ਨੇ, ਗਾਰਡੀਅਨ ਦੀ
ਪਲੱਸ ਸਿਗਨੇਚਰ ਆਫ ਦੀ ਪੇਰੈਂਟਸ। ਜੇਕਰ ਪੇਰੈਂਟਸ ਦੇ ਰਹੇ ਹੈਗੇ ਨੇ ਸੈਲਫ ਡਿਕਲੇਰੇਸ਼ਨ ਦਾ ਫੋਰਮ ਫਿਲਅਪ ਕਰਕੇ, ਫਿਰ ਇਹਦੇ ਵਿੱਚ ਪੇਰੈਂਟਸ ਦੇ ਵਿੱਚੋਂ ਜੇਕਰ ਫਾਦਰ ਸਾਹਿਬ ਨੇ ਤਾਂ ਫਾਦਰ ਸਾਹਿਬ ਨੇ ਡਿਕਲੇਰੇਸ਼ਨ ਦਿੱਤੀ ਹੈ ਤਾਂ ਫਾਦਰ ਸਾਹਿਬ ਦੇ ਸਿਗਨੇਚਰ ਆਣਗੇ, ਜੇਕਰ ਮਦਰ ਨੇ ਦਿੱਤੀ ਹੈ ਤਾਂ ਮਦਰ ਦੇ ਸਿਗਨੇਚਰ ਆਣਗੇ, ਜੇਕਰ ਕੋਈ ਰਿਸ਼ਤੇਦਾਰ ਹੈਗਾ ਤਾਂ ਰਿਸ਼ਤੇਦਾਰ ਜਿਹੜਾ ਦੇ ਰਿਹਾ ਹੈਗਾ ਡਿਕਲੇਰੇਸ਼ਨ ਉਹਨਾਂ ਦੇ ਇੱਥੇ ਸਾਈਨ ਆਣਗੇ। ਸੋ ਇੰਨੇ ਕੰਮ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਪਾਸਪੋਰਟ ਦਾ ਜਿਹੜਾ ਅਨੈਕਸ ਸੀ ਫੋਰਮ ਹੈ ਉਹ ਤੁਹਾਡਾ ਸਕਸੈਸਫੁਲ ਪੜਿਆ ਜਾਂਦਾ ਹੈਗਾ। ਸੋ ਹੋਰ ਨਵੀਂ ਨਵੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈੱਲ ਆਈਕਨ ਵੀ ਪ੍ਰੈਸ ਜ਼ਰੂਰ ਕਰੋ, ਅਤੇ ਵੀਡੀਓ ਨੂੰ ਜੇਕਰ ਪੂਰੀ ਜਾਣਕਾਰੀ ਮਿਲ ਗਈ ਹੋਈ ਤਾਂ ਇੱਕ ਲਾਈਕ ਵੀ ਜ਼ਰੂਰ ਕਰਿਓ। ਮਿਲਾਂਗੇ ਨੈਕਸਟ ਵੀਡੀਓ ਵਿੱਚ, ਧੰਨਵਾਦ।